ਚਮਕੀਲੇ ਦਾ ਸੁਭਾਅ ਬਹੁਤ ਵਧੀਆ ਸੀ, ਹਾਸੇ ਖੇਡੇ ਵਾਲਾ ਸੁਭਾਅ ਸੀ। ਚਮਕੀਲੇ ਨੂੰ ਸ਼ੋਹਰਤ ਬੜੀ ਮਿਲੀ, ਉਹਨੇ ਪੈਸਾ ਵੀ ਬੜਾ ਕਮਾਇਆ। ਜੇ ਜਦ ਮੈਂ ਸਟੇਜ 'ਤੇ ਆ ਗਿਆ, ਮੈਂ ਉਹ ਬੰਦੇ ਵੀ ਵਿੱਚ ਹੀ ਖੜ੍ਹੇ ਸੀਗੇ, ਅਤੇ ਜਦ ਮੈਂ ਹੈਲੋ ਹੈਲੋ ਕੀਤੀ ਅਤੇ ਮੈਂ ਉਹਨਾਂ ਨੂੰ ਕਿਹਾ ਵੀ ਆ ਜਾਓ ਯਾਰ, ਇੱਧਰ ਇੰਤਜ਼ਾਰ ਕਰ ਰਹੀ ਆ ਲੋਕ, ਵੀ ਉਹ ਬੰਦੇ ਪਹਿਲਾਂ ਹੀ ਵਿੱਚ ਖੜ੍ਹੇ ਸੀ। ਬੰਬੇ ਤੋਂ ਮੈਂ ਇੱਕ ਇੰਟਰਵਿਊ ਸੁਣੀ ਹੈ, ਉਹ ਹਿੰਦੀ 'ਚ ਬੋਲਦੀ ਆ ਵੀ ਦੋ ਆਦਮੀ ਥੇ, ਮੈਂ ਦੋ ਆਦਮੀ ਨਹੀਂ ਸੀ, ਉਹ ਤਿੰਨ ਆਦਮੀ ਸੀਗੇ, ਤਿੰਨੇ ਤਿੰਨੇ ਇੱਕ 'ਤੇ ਆਏ ਸੀ। ਤਿੰਨਾਂ ਕੋਲ AK-47 ਹੁੰਦੀਆਂ, ਜਿਹਦੇ 'ਚੋਂ ਗਲੀਆਂ ਜਾਂ ਗੱਡੀਆਂ ਹੁੰਦੀਆਂ, ਅਤੇ ਉਹ ਉਹਨਾਂ ਦੀ ਗੱਡੀ ਆ ਕੇ ਖੜ੍ਹ ਗਈ ਆ, ਜੇ ਉਹਨਾਂ ਨੇ ਪੁਜੀਸ਼ਨ ਲੈ ਲਈ ਇਹ ਗੱਡੀ ਦੇ ਆਲੇ ਦੁਆਲੇ। ਕੁਰਸੀਆਂ 'ਚ ਫਸ ਫੁਸ ਗਿਆ ਮੈਂ ਵੀ, ਉਸ ਵਕਤ ਹਰੇਕ ਨੂੰ ਭੱਜੋ ਨੱਠੀ ਹੋ ਗਈ ਆ, ਤੇਲ ਡੁੱਲ ਗਏ ਹਲਵਾਈਆਂ ਦੇ ਜੁੱਤੀਆਂ ਰਹੀਆਂ, ਲੋਕ ਭੱਜ ਗਏ ਦਰੱਖਤਾਂ 'ਤੇ ਚੜ੍ਹੇ ਗਏ ਨੇ, ਛਾਲਾਂ ਮਾਰੀਆਂ, ਕੋਈ ਸਾਈਕਲ ਛੱਡ ਗਿਆ। ਇਕੱਠ ਹੁੰਦਾ ਮੇਲ ਆਇਆ ਹੁੰਦਾ ਜਿਹਨੂੰ ਮੇਲ ਕਹਿੰਦੇ ਹੁੰਦੇ ਆ, ਉਹ ਦੁਨੀਆ ਆਈ ਸੀ ਸਾਰੀ, ਉੱਥੇ ਮੈਂ ਇੱਕ ਪਾਸੇ ਜੇ ਲੁੱਕ ਗਿਆ ਸੀਗਾ, ਭੰਗੜਾ ਭੰਗੜਾ ਪਾ ਕੇ। ਉਹ ਇੱਕ ਚਿੱਠੀ ਲੈ ਗਏ ਚਮਕੀਲੇ ਦੇ ਛਾਤੀ 'ਤੇ, ਇਹ ਕਹਿੰਦੇ ਅਸੀਂ ਆਪਦਾ ਕੰਮ ਕਰ ਚੱਲੇ ਹਾਂ, ਅਸੀਂ ਇਹਨੂੰ ਸਮਝਾਇਆ ਸਮਝਿਆ ਨਹੀਂ ਆ, ਅਤੇ ਬਾਕੀ ਭੰਗੜਾ ਪਾ ਕੇ ਚਿੱਠੀ ਲੈ ਕੇ ਉਹ ਸਕੂਟਰ 'ਤੇ ਫਰਾਰ ਹੋ ਗਏ ਇੱਧਰ। ਇਸ ਵਕਤ ਅਸੀਂ ਅਮਰ ਸਿੰਘ ਚਮਕੀਲਾ ਹੋਰਾਂ ਦੀ ਸਮਾਧ ਦੇ ਕੋਲ ਬੈਠੇ ਹੋਏ ਹਾਂ। ਸਭ ਤੋਂ ਪਹਿਲਾਂ ਤੁਸੀਂ ਸਮਾਧ ਦੇ ਜ਼ਰੂਰ ਦਰਸ਼ਨ ਕਰੋ, ਦੇਖੋ ਤੁਸੀਂ। ਇਹ ਅਮਰ ਸਿੰਘ ਚਮਕੀਲਾ ਹੋਰਾਂ ਦੀ ਸਮਾਧ ਹੈ, ਜਿਸ ਜਗ੍ਹਾ ਦੇ ਉੱਤੇ ਆਖਰੀ ਵਾਰ ਉਹਨਾਂ ਦਰਸ਼ਨ ਲੋਕਾਂ ਨੇ ਕੀਤੇ। ਹੁਣ ਉਹਨਾਂ ਦੇ ਉੱਪਰ ਫਿਲਮ ਬਣ ਰਹੀ ਹੈ, ਜਿਸ ਨੂੰ ਲੈ ਕੇ ਖੂਬ ਚਰਚਾਵਾਂ ਹੋਈਆਂ ਨੇ। ਇੱਕ ਵਿਅਕਤੀ ਸਾਡੇ ਨਾਲ ਨੇ ਜੋ ਦਾਅਵਾ ਕਰਦੇ ਨੇ ਕਿ ਉਹ ਉਹਨਾਂ ਦੇ ਨਾਲ ਕੰਮ ਕਰਦੇ ਰਹੇ, ਉਹਨਾਂ ਦੇ ਸੈਕਟਰੀ ਵਜੋਂ ਕੰਮ ਕਰਦੇ ਰਹੇ। ਗੱਲਬਾਤ ਅਸੀਂ ਜ਼ਰੂਰ ਕਰ ਲੈਂਦੇ ਹੈਗੇ ਹਾਂ। ਸਰ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਹੈ, ਤੁਹਾਡਾ ਨਾਮ ਕੀ ਹੈ ਜੀ, ਉਹ ਤੁਸੀਂ ਦੱਸ ਦਿਓ। ਗੁਪਤਾ ਜੀ, ਨਾਂ ਮੇਰਾ ਤਕਰੀਬਨ ਸਾਰੇ ਬੰਦੇ ਜਾਣਦੇ ਆ, ਮੇਰਾ ਨਾਂ ਹੈਗਾ NS ਮਾਨਕੂ, ਜੂਨੀਅਰ ਮੇਹਰ ਮਿੱਤਲ ਵੀ ਕਹਿੰਦੇ ਮੈਨੂੰ, ਅਤੇ ਮੈਂ ਫਿਲਮਾਂ 'ਚ ਵੀ ਕੰਮ ਕੀਤਾ। 18 ਸਾਲ ਮੈਂ ਕੈਨੇਡਾ ਲੱਗ ਗਿਆ, ਅਤੇ ਸੀਤਲ ਪਨੇਸਰ ਸਾਡੇ ਸ਼ੋਅ ਕਰਾਉਂਦੇ ਨੇ, ਦਲਜੀਤ ਜੀ ਦਾ ਵੀ ਉਹਨਾਂ ਨੇ ਕਰਾਇਆ, ਅਤੇ ਇਸ ਕਰਕੇ ਦੁਨੀਆ ਬਹੁਤ ਅੱਗੇ ਦੀ ਅੱਗੇ ਵਾਕ ਬਣੇ ਮੇਰੇ, ਜਿੰਨੇ ਵੀ ਹੁਣ ਤੁਸੀਂ 2-4 ਸਵਾਲ ਪੁੱਛਣੇ ਉਹ ਮੈਂ ਤੁਹਾਨੂੰ ਦੱਸ ਦਿੰਦਾ। ਮੈਂ ਕਿਉਂਕਿ ਹੁਣ ਤਾਂ ਚਲੋ ਨਵੀਂ ਇੱਕ ਫਿਲਮ ਬਣ ਰਹੀ ਹੈ, ਦਲਜੀਤ ਦੋਸਾਂਝ ਹੋਰੀ ਫਿਲਮ ਦੇ ਵਿੱਚ ਕੰਮ ਕਰ ਰਹੇ ਨੇ, ਅਮਰ ਸਿੰਘ ਚਮਕੀਲਾ ਹੋਰੀ ਬਣੇ ਨੇ, ਪਰਨੀਤੀ ਚੋਪੜਾ ਜਿਹੜੇ ਨੇ ਉਹ ਉਹਨਾਂ ਦੀ ਵਾਈਫ, ਅਤੇ ਇਮਤਿਆਜ਼ ਅਲੀ ਵੱਲੋਂ ਡਾਇਰੈਕਟ ਕੀਤੀ ਜਾ ਰਹੀ ਹੈ, ਕਾਫੀ ਵੱਡੀ ਸਕਰੀਨ ਦੇ ਉੱਤੇ ਫਿਲਮ ਆਵੇਗੀ। ਤੁਸੀਂ ਉਹਨਾਂ ਦੇ ਨਾਲ ਰਹੇ ਹੋ, ਕਾਫੀ ਸਮਾਂ ਉਹਨਾਂ ਦਾ ਦੇਖ ਰੇਖ ਕੀਤਾ, ਉਹਨਾਂ ਦਾ ਸਾਰੇ ਪ੍ਰੋਗਰਾਮ ਨੂੰ ਮੈਨੇਜ ਕਰਦੇ ਰਹੇ ਹੋ। ਅੱਛਾ, ਮੈਨੂੰ ਸ਼ੁਰੂਆਤ ਤੋਂ ਜ਼ਰੂਰ ਦੱਸੋ ਕਿ ਸ਼ੁਰੂਆਤ ਤੋਂ ਅਮਰ ਸਿੰਘ ਚਮਕੀਲਾ ਹੋਰੀ ਕਿਵੇਂ ਰਹਿਣ ਸਹਿਣ ਉਹਨਾਂ ਦਾ ਰਿਹਾ, ਕਿਵੇਂ ਸਾਰਾ ਕੁਝ ਇੰਸੀਡੈਂਟ ਸ਼ੁਰੂਆਤ ਤੋਂ ਐਂਡ ਤੱਕ ਇੰਸੀਡੈਂਟ ਕਿਵੇਂ ਵਾਪਰਿਆ, ਅਤੇ ਜਦੋਂ ਤੁਸੀਂ ਇੰਸੀਡੈਂਟ ਦੇਖਿਆ ਸੀਗਾ ਉਸ ਵਕਤ ਤੁਹਾਡੇ ਕੀ ਹਾਲਾਤ ਸੀਗੇ, ਉਸ ਵਕਤ ਅਮਰ ਸਿੰਘ ਚਮਕੀਲਾ ਹੋਰਾਂ ਦੇ ਕੀ ਹਾਲਾਤ ਸੀਗੇ, ਤੁਸੀਂ ਜਦੋਂ ਦੇਖਿਆ ਕਿਵੇਂ ਉਹ ਮਾਹੌਲ ਬਣਿਆ ਸੀਗਾ, ਉਸ ਬਾਰੇ ਵੀ ਥੋੜ੍ਹਾ ਜਿਹਾ ਜਾਣਕਾਰੀ ਦੇ ਦਿੰਦੇ। ਚਲੋ ਇਹ ਵੀ ਮੈਂ ਤੁਹਾਨੂੰ ਦੱਸ ਦਿੰਦਾ, ਤੁਸੀਂ ਕਹਿੰਦੇ ਹੋ ਵੀ ਜਿਹੜੀ ਫਿਲਮ ਬਣ ਰਹੀ ਹੈ ਚਮਕੀਲਾ ਬਣ ਚੁੱਕੀ ਆ, ਆ 12 ਤੁਸੀਂ ਕਹਿੰਦੇ ਵੀ ਵੱਡੇ ਪਰਦੇ 'ਤੇ ਦੇਖੋਗੇ, ਵੱਡੇ 'ਤੇ ਨਹੀਂ ਆਉਣੀ, ਉਹ ਨੈੱਟ 'ਤੇ ਆਉਣੀ ਆ। ਉਹ 12 ਤਰੀਕ ਨੂੰ ਕਹਿੰਦੇ ਸੀ ਰਿਲੀਜ਼ ਹੋ ਜਾਣੀ ਹੈ, ਅਤੇ ਉਹਦੇ ਵਿੱਚ
ਇਮਤਿਆਜ਼ ਅਲੀ ਜੀ ਵੀ ਅਤੇ ਉਹਨਾਂ ਦੇ ਬ੍ਰਦਰ ਜੱਸੀ ਲੜਕੀ ਹੈ ਉਹ ਵੀ ਮੇਰੇ ਤਕਰੀਬਨ ਮੇਰੇ ਘਰ ਆ ਕੇ ਗਏ ਆ ਦੋ ਤਿੰਨ ਵਾਰੀ। ਇਮਤਿਆਜ਼ ਭਾਅ ਜੀ ਉਹਨਾਂ ਨੂੰ ਵੀ ਮੈਂ ਮਿਲਿਆ ਅਤੇ ਬਹੁਤ ਅੱਛੇ ਸੁਭਾਅ ਦੇ। ਫਿਰ ਤੁਸੀਂ ਪੁੱਛਿਆ ਵੀ ਚਮਕੀਲੇ ਬਾਰੇ, ਚਲੋ ਹੁਣ ਆਪਾਂ ਉੱਧਰ ਆ ਜਾਂਦੇ ਹਾਂ। ਚਮਕੀਲੇ ਦਾ ਸੁਭਾਅ ਬਹੁਤ ਵਧੀਆ ਸੀ, ਹਾਸੇ ਖੇਡੇ ਵਾਲਾ ਸੁਭਾਅ ਸੀ। ਇੱਕ ਬੰਦਾ ਜਿਹੜਾ ਅਮੀਰੀ ਤੋਂ ਗਰੀਬੀ 'ਚ ਆਉਂਦਾ ਉਹਨੂੰ ਬਹੁਤ ਦੁੱਖ ਲੱਗਦਾ, ਬਹੁਤ ਔਖਾ ਲੱਗਦਾ। ਇੱਕ ਗਰੀਬੀ 'ਚੋਂ ਚੜ੍ਹਨਾ ਤਾਂ ਸ਼ੋਹਰਤਾਂ ਮਿਲਣੀਆਂ, ਇਹਨਾਂ ਨੇ ਪੈਸਾ ਵੀ ਹੋਣਾ, ਆਟੋਗ੍ਰਾਫ ਅੱਗੇ ਆਟੋਗ੍ਰਾਫ ਹੁੰਦੇ ਸੀਗੇ, ਹੁਣ ਤਾਂ ਸੈਲਫੀਆਂ ਲੈਣ ਲੱਗ ਗਏ ਲੋਕ। ਅਤੇ ਉਹ ਜ਼ਮਾਨਾ ਵੀ ਹੁੰਦਾ ਸੀ ਉਦੋਂ ਚਮਕੀਲੇ ਨੂੰ ਸ਼ੋਹਰਤ ਬੜੀ ਮਿਲੀ, ਉਹਨੇ ਪੈਸਾ ਵੀ ਬੜਾ ਕਮਾਇਆ ਅਤੇ ਖਾੜੇ ਉਹਦੇ ਲੱਗਦੇ ਸੀ, ਦੋ ਦੋ ਤਿੰਨ ਤਿੰਨ ਵੀ ਹੋ ਜਾਂਦੇ ਆ ਕਈ ਵਾਰੀ, ਤਿੰਨ ਵੀ ਕਹਿੰਦੇ। ਵੈਸੇ ਮੈਂ ਤਾਂ ਤਿੰਨਾਂ 'ਤੇ ਗਿਆ ਨਹੀਂ ਹਾਂ, ਤਿੰਨ ਲਾਉਣੇ ਬਹੁਤ ਔਖੇ ਆ, ਦੋ ਖਾੜੇ ਤਾਂ ਬੰਦਾ ਈਜ਼ੀ ਲਾ ਲੈਂਦਾ। ਅਤੇ ਉਹ ਤਕਰੀਬਨ ਹਰੇਕ ਕਲਾਕਾਰ ਨੇ ਲਾਏ ਨੇ। ਅਤੇ ਇਹ ਹੁਣ ਐਕਸੀਡੈਂਟ ਦੀ ਗੱਲ ਹੋ ਗਈ ਹੈ, ਐਕਸੀਡੈਂਟ ਇਹ ਹੈ ਵੀ ਇੱਥੋਂ ਅਸੀਂ ਲੁਧਿਆਣੇ ਤੁਰੇ ਹਾਂ, ਅੱਠ ਮੈਂਬਰ ਸੀ, ਅੱਠ ਮੈਂਬਰਾਂ 'ਚੋਂ ਅਸੀਂ ਜਦ ਗਏ ਹਾਂ, ਇੱਕ ਕਨੇਡਾ ਤੋਂ ਬੰਦਾ ਵਿਆਹ ਕਰਾਉਣ ਆਇਆ ਸੀ, ਜਾਣੀ ਉਹਦੀ ਕੜਵਾਈ ਸੀ ਪਹਿਲਾਂ। ਮਹਿਸਮਪੁਰ ਪਿੰਡ ਹੈ, ਫਲੌਰ ਦੇ ਨਾਲ ਹੀ 4-5 ਕਿਲੋਮੀਟਰ ਆ, ਉਹ ਖੇਤਾਂ ਦੇ ਵਿੱਚ ਹੀ ਆ ਜਗ੍ਹਾ। ਉੱਥੇ ਇੱਕ ਜੀਤਾ ਮੇਰਾ ਭਰਾ, ਉਹ 8-9 ਮੋਟਰਾਂ ਦਾ ਮਾਲਕ ਹੈ, ਉਹ ਜਗ੍ਹਾ ਉਹਨੇ ਸਾਂਭੀ ਹੋਈ ਆ ਸਾਰੀ। ਅਤੇ ਉਹਦੇ ਕੋਲ ਮੈਂ ਜਾਂਦਾ ਹੁੰਦਾ, ਉਹ ਜਦ ਸਟੇਜ 'ਤੇ ਮੈਂ ਆਇਆ ਰੋਟੀ ਖਾ ਕੇ ਚਮਕੀਲੇ ਕੋਲੋਂ ਮੋਟਰ 'ਤੇ, ਉਹ ਜਿਹੜੇ ਬੰਦਿਆਂ ਨੇ ਰੋਟੀ ਖਿਲਾਈ ਹੈ ਉਹ ਵੀ ਉੱਥੇ ਮੌਜੂਦ ਸੀ। ਅਤੇ ਉਹਨੂੰ ਵੀ ਗੱਡੀ 'ਚ ਬਿਠਾਉਣ ਲੱਗੇ ਸੀ ਪਰ ਉਹ ਗੱਡੀ 'ਚ ਬੈਠਾ ਨਹੀਂ, ਅਤੇ ਉਹ ਕਹਿੰਦਾ ਮੈਂ ਤੁਰ ਕੇ ਹੀ ਜਾਣਾ। ਉੱਥੋਂ ਮੈਂ ਰੋਟੀ ਖਾ ਕੇ ਜਾਂਦਾ ਸਟੇਜ 'ਤੇ ਆ ਗਿਆ, ਮੈਂ ਉਹ ਬੰਦੇ ਵੀ ਵਿੱਚ ਹੀ ਖੜ੍ਹੇ ਸੀਗੇ, ਅਤੇ ਜਦ ਮੈਂ ਹੈਲੋ ਕੀਤੀ ਅਤੇ ਮੈਂ ਉਹਨਾਂ ਨੂੰ ਕਿਹਾ ਵੀ ਆ ਜਾਓ ਯਾਰ, ਇੱਧਰ ਇੰਤਜ਼ਾਰ ਕਰ ਰਹੀ ਹੈ ਲੋਕ। ਪੁਲਿਸ ਦਾ ਕੋਈ ਇੰਤਜ਼ਾਮ ਨਹੀਂ ਸੀ, ਵੀਡੀਓ ਦਾ ਕੋਈ ਇੰਤਜ਼ਾਮ ਨਹੀਂ ਸੀ। ਵੀਡੀਓ ਚਲੋ ਬਾਅਦ 'ਚ ਉਹਨਾਂ ਨੇ ਬਣਾਉਣੀ ਹੋਣੀ ਆ, ਜਦ ਖੜਾ ਲੱਗਦਾ ਹੁੰਦਾ ਨਾ ਉਦੋਂ ਫਿਰ ਮੂਵੀ ਬਣਾਉਂਦੇ ਆ, ਕਨੇਡਾ ਅਮਰੀਕਾ ਵਾਲੇ ਉਹ ਲੈ ਕੇ ਆਉਂਦੇ ਹੁੰਦੇ ਆ, ਕੋਈ ਨਾ ਕੋਈ ਆਪਦਾ ਇੰਤਜ਼ਾਮ ਹੁੰਦਾ ਉਹਨਾਂ ਕੋਲ। ਅਤੇ ਉਸ ਵੇਲੇ ਫਿਰ ਜਦ ਮੈਂ ਆਇਆ, ਹੈਲੋ ਕੀਤੀ, ਉਹ ਬੰਦੇ ਪਹਿਲਾਂ ਹੀ ਵਿੱਚ ਖੜ੍ਹੇ ਸੀ। ਅਤੇ ਲੋਕ ਕਹਿੰਦੇ ਆ ਹੁਣ ਬੰਬੇ ਤੋਂ ਮੈਂ ਇੱਕ ਇੰਟਰਵਿਊ ਸੁਣੀ ਹੈ, ਉਹ ਹਿੰਦੀ 'ਚ ਬੋਲਦੇ ਆ ਵੀ ਦੋ ਆਦਮੀ ਥੇ, ਮੈਂ ਦੋ ਆਦਮੀ ਨਹੀਂ ਸੀ, ਉਹ ਤਿੰਨ ਆਦਮੀ ਸੀਗੇ। ਉਹ ਆਏ ਸੀ, ਇੱਕ ਸਕੂਟਰ ਸੀਗਾ ਜਾਂ ਮੋਟਰਸਾਈਕਲ, ਪਰ ਮੈਂ ਦੇਖਿਆ ਨਹੀਂ ਗਾ। ਇੱਕ ਚੀਜ਼ ਸੀਗੀ, ਇੱਕ 'ਤੇ ਤਿੰਨੇ ਜਣੇ ਗਏ ਆ, ਤਿੰਨੇ ਇੱਕ 'ਤੇ ਆਏ ਸੀ। ਤਿੰਨਾਂ ਕੋਲ AK-47 ਹੁੰਦੀਆਂ, ਜਿਹਦੇ 'ਚੋਂ ਗਲੀਆਂ ਗਈਆਂ ਗੱਡੀਆਂ ਹੁੰਦੀਆਂ। ਅਤੇ ਉਹ ਸੀ, ਉਹ ਪਹਿਲਾਂ ਪਬਲਿਕ ਦੇ ਵਿੱਚ ਖੜ੍ਹੇ ਸੀ ਪਰ ਮੈਨੂੰ ਨਹੀਂ ਸੀ ਪਤਾ ਉਹ ਖੜ੍ਹੇ ਆ। ਅਤੇ ਜਦ ਮੈਂ ਚਮਕੀਲੇ ਉਹਨਾਂ ਨੂੰ ਹਾਕ ਮਾਰੀ, ਮੈਂ ਕਿਹਾ ਆ ਜਾਓ ਯਾਰ, ਕੰਮ ਤਿਆਰ ਹੈ ਇੱਧਰ, ਦੁਨੀਆ ਇੰਤਜ਼ਾਰ ਕਰ ਰਹੀ ਹੈ। ਅਤੇ ਉਹ ਉਹਨਾਂ ਦੀ ਗੱਡੀ ਆ ਕੇ ਖੜ੍ਹ ਗਈ ਆ, ਜੇ ਉਹਨਾਂ ਨੇ ਪੁਜੀਸ਼ਨ ਲੈ ਲਈ ਹੈ ਗੱਡੀ ਦੇ ਆਲੇ ਦੁਆਲੇ। ਪਹਿਲਾਂ ਸੋਚਿਆ ਸੀ ਵੀ ਇੱਥੇ ਅੱਗੇ ਰਾਹ ਨਹੀਂ ਹੈ ਗੱਡੀ ਦਾ ਜਾਣ ਨੂੰ, ਹੁਣ ਜਿਵੇਂ ਇੱਕ ਇੱਥੇ ਗੱਡੀ ਦਾ ਰਾਹ ਗਾਂ, ਫਿਰ ਹੌਲੀ ਹੌਲੀ ਸਕੂਟਰ ਦਾ ਰਾਹ ਬਣਦਾ ਜਾਂਦਾ, ਗੱਡੀ ਜਾ ਹੀ ਨਹੀਂ ਸਕਦੀ ਅੱਗੇ। ਉਹਨਾਂ ਨੂੰ ਪਤਾ ਸੀ ਵੀ ਅੱਗੇ ਭੱਜ ਨਹੀਂ ਸਕਦਾ। ਹੁਣ ਡਰਾਈਵਰ ਸੀ ਅੱਜ ਜਿਹੜਾ ਮੈਂ ਤੁਹਾਡੇ ਕੋਲ ਅੱਜ ਪਹਿਲੀ ਵਾਰ ਦੱਸਣ ਲੱਗਿਆ, ਉਹ ਗੱਡੀ ਦਾ ਡਰਾਈਵਰ ਸੀ ਸਰਦਾਰ ਸੀਗਾ, ਦੁੱਗਰੀ ਦਾ ਹੀ, ਉਹ ਨਵਾਂ ਨਵਾਂ ਲੱਗਿਆ ਸੀ। ਅਤੇ ਉਹ ਜਦ ਆਏ ਆ, ਜਦ ਮੈਂ ਉਹਨਾਂ ਨੂੰ ਕਿਹਾ ਤਾੜੀਆਂ ਲਾਓ, ਤਾੜੀਆਂ ਲਾਈਆਂ, ਅਤੇ ਉਸ ਵਕਤ ਗਿੱਲ ਨੂੰ ਮੈਂ ਦੇਖ ਲਿਆ, ਗਿੱਲ ਜਿਹੜਾ ਗਿੱਲ ਮਰ ਗਿਆ ਤੇਰੇ ਪਿਆਰ ਬਿਨਾਂ, ਜਦ ਮੂੰਹ 'ਚ ਬੁਰਕੀਆਂ ਪਾਉਂਦੀ ਸੀ ਕਰ ਯਾਦ ਕੁੜੇ, ਉਹਦਾ ਗਾਣਾ ਸੀਗਾ।
ਇੱਕ ਉਹਦੀ ਲਵ ਮੈਰ ਲਵਰ ਸੀ ਕੁੜੀ, ਉਹਦੇ 'ਤੇ ਗੀਤ ਲਿਖਿਆ ਸੀ। ਉਹਨੂੰ ਜਦ ਮੈਂ ਦੇਖਿਆ ਫਿਰ ਮੈਂ ਛਾਲ ਛੂਲ ਮਾਰੀ, ਛਾਲ ਮੂਹਰੇ ਜੀਤਾ ਬੈਠਾ ਸੀਗਾ, ਜੀਤੇ ਨੇ ਮੈਨੂੰ ਦੱਸਿਆ ਕਹਿੰਦਾ ਮਣਕੂ ਮੈਂ ਇੱਥੇ ਬੈਠਾ ਸੀ ਅਤੇ ਉਦੋਂ 10ਵੀਂ 'ਚ ਪੜ੍ਹਦਾ ਸੀ ਉਹ ਫਿਰ ਮੈਂ ਅੰਦਰ ਕੁਰਸੀਆਂ 'ਚ ਫਸ ਫੁਸ ਗਿਆ। ਮੈਂ ਵੀ ਉਸ ਵਕਤ ਹਰੇਕ ਨੂੰ ਭੱਜੋ ਨੱਠੀ ਹੋ ਗਈ ਆ, ਤੇਲ ਡੁੱਲ ਗਏ ਹਲਵਾਈਆਂ ਦੇ ਜੁੱਤੀਆਂ ਰਹੀਆਂ, ਲੋਕ ਭੱਜ ਗਏ ਦਰੱਖਤਾਂ 'ਤੇ ਚੜ੍ਹੇ ਗਏ ਨੇ, ਛਾਲਾਂ ਮਾਰੀਆਂ, ਕੋਈ ਸਾਈਕਲ ਛੱਡ ਗਿਆ, ਕੋਈ ਸਕੂਟਰ ਛੱਡ ਗਿਆ, ਕੋਈ ਕਣਕਾਂ 'ਚ ਭੱਜ ਗਿਆ, ਬੁਰਾ ਹਾਲ। ਉਹ ਫਿਰ ਮੈਂ ਅੰਦਰ ਲੁੱਕ ਗਿਆ, ਜਾ ਕੇ ਅੰਦਰ ਲੁਕੇ ਸੀਗੇ ਮੈਂ ਅੰਦਰ। ਉਹ ਜਿਹੜੀ ਜਗ੍ਹਾ ਬਣੀ ਆ ਮੈਸਮਪੁਰ ਤੋਂ ਜਾਊਂਗੇ, ਉਹ ਖੇਤਾਂ ਦੇ ਵਿੱਚ ਬਹੁਤ ਵੱਡੀ ਇਮਤਿਆਜ਼ ਅਲੀ ਜੀ ਨੇ ਹੁਣ ਸਾਰੇ ਢਾਹ ਢੂਹ ਕੇ ਚੁਬਾਰੇ ਉਹਨਾਂ ਦੇ ਨਵੇਂ ਬਾਲੇ ਬੁੱਲੇ ਲਵਾਤੇ ਆ। ਉੱਥੇ ਅੰਦਰ ਮੈਂ ਜਿੱਥੇ ਬੁੜੀਆਂ ਇਕੱਠ ਹੁੰਦਾ ਮੇਲ ਆਇਆ ਹੁੰਦਾ ਜਿਹਨੂੰ ਮੇਲ ਕਹਿੰਦੇ ਹੁੰਦੇ ਆ, ਉਹ ਦੁਨੀਆ ਆਈ ਸੀ ਸਾਰੀ। ਉੱਥੇ ਮੈਂ ਇੱਕ ਪਾਸੇ ਜੇ ਲੁੱਕ ਗਿਆ ਸੀਗਾ, ਬੁੜੀਆਂ ਲੁਕੋੜਿਆ, ਉੱਥੇ ਪਾਣੀ ਪੂਣੀ ਮੈਂ ਪੀਤਾ। ਉੱਥੇ ਫਿਰ ਬੁੜੀਆਂ ਦੇਖਦੀਆਂ ਰਹੀਆਂ ਗਲੀ ਦੇ ਵਿੱਚ ਦੀ, ਉਹ ਕਹਿੰਦੇ ਵੀ ਤਿੰਨ ਬੰਦੇ ਆ ਅਤੇ ਭੰਗੜਾ ਭੰਗੜਾ ਪਾ ਕੇ ਉਹ ਇੱਕ ਚਿੱਠੀ ਲੈ ਗਏ ਚਮਕੀਲੇ ਦੇ ਛਾਤੀ 'ਤੇ ਅਤੇ ਕਹਿੰਦੇ ਅਸੀਂ ਆਪਦਾ ਕੰਮ ਕਰ ਚੱਲੇ ਹਾਂ, ਅਸੀਂ ਇਹਨੂੰ ਸਮਝਾਇਆ ਸਮਝਿਆ ਨਹੀਂ ਆ ਅਤੇ ਬਾਕੀ ਭੰਗੜਾ ਪਾ ਕੇ ਚਿੱਠੀ ਲੈ ਕੇ ਉਹ ਸਕੂਟਰ 'ਤੇ ਫਰਾਰ ਹੋ ਗਏ ਉੱਧਰ। ਉੱਧਰੋਂ ਫਿਰ ਬੰਦੇ ਆਉਂਦੇ ਸੀਗੇ ਪਿੰਡ ਦੇ ਮਹਾਰਾਜ ਸਵਾਰੀ ਛੱਡ ਕੇ, ਉਹਨਾਂ ਨੂੰ ਕਹਿੰਦੇ ਵੀ ਤੁਹਾਡਾ ਚਮਕੀਲਾ ਅਸੀਂ ਚਮਕਾ ਤਾ, ਉਹ ਪਿਆ ਦੇਖ ਲਓ। ਉਹ ਜਦ ਮੈਂ ਦੇਖਿਆ ਘੰਟੇ ਬਾਅਦ ਪੁਲਿਸ ਆਈ ਆ, ਉਦੋਂ ਬਾਹਰ ਆ ਕੇ ਮੈਂ ਦੇਖਿਆ ਪਾਥੀਆਂ 'ਤੇ ਐਂ ਚਮਕੀਲਾ ਪਿਆ, ਇੱਥੇ ਗੋਲੀਆਂ ਲੱਗੀਆਂ ਮੂੰਹ 'ਤੇ, ਇੱਥੇ ਛਾਤੀ 'ਤੇ ਚਿੱਠੀ ਪਈ, ਅਮਰਜੋਤ ਮੋਦੀ ਪਈ ਆ। ਪਹਿਲਾਂ ਅਮਰਜੋਤ ਨੂੰ ਮਾਰਿਆ ਅਤੇ ਲੋਕ ਕਹਿੰਦੇ ਪਹਿਲਾਂ ਚਮਕੀਲੇ ਦੇ ਵੱਜੀਆਂ ਜੀ ਪਲਾਨਾ, ਨਹੀਂ ਪਹਿਲਾਂ ਉਹਦੇ ਲੱਗੀ ਸੀ ਲਾਲ ਦੇ, ਲਾਲ ਦੇ ਬਾਂਹ 'ਚੋਂ ਲੰਘ ਗਈ, ਫਿਰ ਅਮਰਜੋਤ ਦੀ ਲੱਗੀ, ਉਹ ਨੱਠ ਕੇ ਚਲਿਆ ਗਿਆ। ਬੱਬੀ ਕੀ ਹੋ ਗਿਆ ਉਹਨੂੰ, ਬੱਬੀ ਕਹਿੰਦੇ ਹੁੰਦਾ ਸੀ ਪਿਆਰ ਨਾਲ, ਉਹ ਨੱਠ ਕੇ ਗਿਆ ਜਦੀ ਉਹਨਾਂ ਨੇ ਜਦੀ ਚਮਕੀਲੇ ਨੂੰ ਚੱਕਤਾ। ਉਹ ਵਿਚਾਰੀ ਮੋਦੀ ਪਈ ਮਿੱਟੀ ਨਾਲ, ਮੂੰਹ ਡਿੱਬੜਿਆ ਹੋਇਆ, ਉਹਦਾ ਬੈਗ ਪੈਸਿਆਂ ਵਾਲਾ ਉਹ ਵੀ ਥੱਲੇ ਉਹਦੇ। ਅਤੇ ਬਾਅਦ 'ਚ ਫਿਰ ਮੈਂ ਦੇਖਿਆ ਘੰਟੇ ਤੋਂ ਬਾਅਦ ਜਦ ਪੁਲਿਸ ਆਈ ਆ, ਫਿਰ ਮੈਂ ਬਾਹਰ ਆਇਆ, ਫਿਰ ਆ ਕੇ ਉਹ ਖੋਖੇ ਖਾਖੇ ਚੱਕੇ ਅਤੇ ਚੱਕ ਕੇ ਫਿਰ ਪੁਲਿਸ ਨੂੰ ਮੈਂ ਨਾਲ ਚਲਿਆ ਗਿਆ। ਪੋਸਟਮਾਰਟਮ ਕਰਾਉਣਾ ਸੀਗਾ, ਇੱਕ ਟਰਾਲੀ ਦੇ ਵਿੱਚ ਲਾਸ਼ਾਂ, ਚਾਰ ਪਾਤੀਆਂ, ਦੇਬੂ ਸੀ ਗਿੱਲ ਸੀ ਅਤੇ ਅਮਰਜੋਤ ਚਮਕੀਲਾ, ਉੱਥੇ ਪੋਸਟਮਾਰਟਮ ਕਰਾਇਆ। ਫਿਰ ਇਹਦੇ ਬਾਪੂ ਨੂੰ ਲਿਆ ਇੱਥੋਂ ਲੁਧਿਆਣੇ ਆ ਕੇ, ਉਹਨੇ ਆਟੋਗ੍ਰਾਫ ਆ ਗਿਆ, ਉਹਨੇ ਸੈਨ ਕਰਨੀ ਸੀ, ਸੈਨ ਤੋਂ ਬਿਨਾਂ ਨਹੀਂ, ਉੱਥੇ ਗੌਰਮੈਂਟ ਦਾ ਕੰਮ ਹੁੰਦਾ। ਉੱਥੋਂ ਫਿਰ ਲਾਸ਼ਾਂ ਲਈਆਂ, ਲਾਸ਼ਾਂ ਲਿਆ ਕੇ ਅਸੀਂ ਇੱਥੇ ਲੁਧਿਆਣੇ ਦਿੱਤੀਆਂ, ਲੁਧਿਆਣੇ ਫਿਰ ਰਾਤ ਉੱਥੇ ਜਮਾਲਪੁਰ ਰੱਖਿਆ। ਜਮਾਲਪੁਰ ਤੋਂ ਅੱਜ ਜਿਹੜੀ ਜਗ੍ਹਾ 'ਤੇ ਤੁਸੀਂ ਬੈਠੇ ਹੋ, ਇੱਥੇ 8 ਮਾਰਚ ਨੂੰ ਮੇਲਾ ਲੱਗਦਾ, ਦੁਨੀਆ ਪਤਾ ਨਹੀਂ ਕਿੱਥੋਂ ਕਿੱਥੋਂ, ਕਈਆਂ ਨੂੰ ਟਾਈਮ ਹੀ ਨਹੀਂ ਮਿਲਦਾ ਵਿਚਾਰਿਆਂ ਨੂੰ, ਲੰਗਰ ਚੱਲਦਾ, ਟੁੱਟ ਲੰਗਰ ਚੱਲਦਾ ਜੀ ਪੂਰਾ ਇੱਥੇ। ਦੁਨੀਆ ਭਰ ਦੇ ਬੰਦੇ ਕਹਿੰਦੇ ਕਹਾਉਂਦੇ, ਜਾਣੀ ਕਲਾਕਾਰ ਵੀ ਬਹੁਤ ਤਕੜੇ ਤਕੜੇ, ਸਾਡੇ ਗੱਦੇ ਮਾਨ ਜੀ ਉਹ ਵੀ ਕਲਾਕਾਰ ਨੇ, MLA ਨੇ ਨਾਭੇ ਤੋਂ ਅਤੇ ਆਮ ਆਦਮੀ ਦੇ, ਉਹ ਇੱਕ ਹੀ ਮੇਲੇ 'ਤੇ ਆਏ ਸਾਡੇ ਕੁਲਵੰਤ ਸਿੱਧੂ ਜੀ ਲੁਧਿਆਣੇ ਦੇ MLA, ਉਹ ਵੀ ਉਹਨਾਂ ਨੇ ਸਟੇਜ ਨੂੰ ਕਵਰ ਕੀਤਾ ਸਾਰਾ, ਸਾਂਭਿਆ, ਕਿਉਂਕਿ ਇੰਨੇ ਇਕੱਠ ਨੂੰ ਸਾਂਭਣਾ ਬਹੁਤ ਔਖਾ। ਇੱਕ ਦਫਾ ਇਕੱਠ ਇੰਨਾ ਬੜਾ ਸੀ, ਚਮਕੀਲੇ ਨੂੰ ਕਹਿੰਦੇ ਪੁਲਿਸ ਵੀ ਬਹੁਤ ਸੀ, ਉਹ ਕਰਦੇ ਕਹਿੰਦੇ ਚਮਕੀਲੇ ਤੈਨੂੰ ਮੰਨ ਜਾਵੇ ਜੇ ਦੁਨੀਆ ਨੂੰ ਬਿਠਾ ਦੇਵੇ ਤੂੰ। ਉਹ ਕਹਿੰਦਾ ਬਿਠਾਉਣ ਦਾ ਮੇਰੇ ਕੋਲ ਕਿਹੜਾ ਜਾਦੂ ਆ, ਮੇਰੇ ਕੋਲ ਤਾਂ ਇੱਕੋ ਹੀ ਗੱਲ ਆ। ਉਹ ਦੁਨੀਆ ਨੂੰ ਕਹਿੰਦਾ, ਕਹਿੰਦਾ ਵੀ ਗੱਲ ਇਹ ਆ, ਉਹ ਮੇਰੀ ਗੱਡੀ ਖੜ੍ਹੀ ਆ 1786, ਪੈਸੇ ਮੈਂ ਲੈ ਤੇ, ਹੈਂ ਮੈਂ ਆਪਦੀ ਗੱਡੀ 'ਚ ਬਹਿ ਕੇ ਚੱਲਿਆ, ਜੇ ਤੁਸੀਂ ਸੁਣਨਾ ਤਾਂ ਬਹਿ ਜਾਓ, ਨਹੀਂ ਮੇਰੀ ਗੱਡੀ ਸਟਾਰਟ ਹੈ। ਉਹ ਜਦੇ ਸੁਸਰੀ ਵਾਂਗੂ ਲੋਕ ਸਾਰੇ ਥੱਲੇ ਬਹਿ ਗਏ, ਉਹ ਘਰ ਦੇ ਬੰਦੇ ਮੰਨ ਗਏ, ਕਹਿੰਦੇ ਯਾਰ ਚੰਗਾ ਤੇਰੇ ਕੋਲ ਜਾਦੂ ਆ ਇਹ,
ਕਹਿੰਦਾ ਜੀ ਜਾਦੂ ਜੂਦੂ ਨਹੀਂ ਹੈ, ਫਿਰ ਇਹ ਲੋਕਾਂ ਨੂੰ ਬਿਠਾਉਣਾ ਪੈਂਦਾ ਮੇਰੇ ਹਿਸਾਬ ਨਾਲ ਹੁੰਦਾ। ਅੱਛਾ, ਤੁਸੀਂ ਮਤਲਬ ਕਹਿ ਰਹੇ ਹੋ ਕਿ ਜਦੋਂ ਜਦੋਂ ਗੋਲੀਆਂ ਲੱਗੀਆਂ ਉਦੋਂ ਤੁਸੀਂ ਕਹਿ ਰਹੇ ਹੋ ਕਿ ਮੈਂ ਅੱਖੀਂ ਦੇਖਿਆ, ਤੁਸੀਂ ਉਸ ਵਕਤ ਕਿਸ ਜਗ੍ਹਾ ਦੇ ਉੱਤੇ ਮੌਜੂਦ ਸੀਗੇ ਅਤੇ ਤੁਸੀਂ ਕਿੰਨੇ ਕੁ ਸਮੇਂ ਪਹਿਲਾਂ ਜਿਹੜਾ ਹੈਗਾ ਹੈ ਉਹ ਚਮਕੀਲੇ ਦੇ ਨਾਲ ਰੋਟੀ ਖਾ ਕੇ ਉਹਨਾਂ ਦੇ ਨਾਲ ਰੋਟੀ ਖਾ ਕੇ ਅੱਗੇ ਚੱਲ ਗਏ ਸੀਗੇ ਅਤੇ ਕਿਸ ਕਿੰਨੀ ਕੁ ਦੂਰੀ ਤੋਂ ਤੁਸੀਂ ਦੇਖਿਆ ਸੀਗਾ ਉਹਨਾਂ ਨੂੰ? ਮੈਂ ਤਕਰੀਬਨ 15-20 ਮਿੰਟ ਪਹਿਲਾਂ ਆ ਗਿਆ ਸੀ ਰੋਟੀ ਖਾ ਕੇ, ਅਤੇ ਦੂਰੀ ਇੱਥੋਂ ਸੀਗੀ ਜਿਵੇਂ ਇੱਥੋਂ ਲਾ ਲਓ ਲਾਈਨਾਂ ਨੇ, ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਇੰਨੀ ਕੁ ਦੂਰੀ ਸੀ। ਇੰਨੀ ਦੂਰੀ ਹੁਣ ਲੋਕ ਝੂਠ ਬੋਲਦੇ ਆ ਵੀ ਮੈਂ ਵੀ ਸਟੇਜ 'ਤੇ ਸੀ, ਫਲਾਨਾ ਸੀ। ਮੈਂ ਕਿਹਾ ਕੋਈ ਬੰਦਾ ਸਟੇਜ 'ਤੇ ਨਹੀਂ, ਸਿਰਫ ਵਨ ਪੀਸ ਕਹਿੰਦਾ ਹੁੰਦਾ ਬਾਈ ਮਣਕੂ, ਜਿਹੜਾ ਸਾਰੀ ਦੁਨੀਆ ਘੁੰਮ ਕੇ ਆਇਆ ਔਰ ਕਲਾਕਾਰਾਂ ਨਾਲ ਰਿਹਾ। ਕਈ ਦੀ ਜਗਮੋਹਨ ਕੌਰ ਨਾਲ ਫਸਟ ਟਾਈਮ ਮੈਂ ਉਹਨਾਂ ਨਾਲ ਰਿਹਾ, ਛਿੰਦਾ ਜੀ ਨਾਲ ਰਿਹਾ, ਅਤੇ ਉਸ ਵਕਤ ਮੈਂ ਹੀ ਇਕੱਲਾ ਇਸ ਕੱਲਾ ਮੈਂ ਸੀਗਾ ਕਿ ਮੈਂ ਝੂਠ ਨਹੀਂ ਬੋਲਦਾ। ਹਾਂਜੀ, ਆਹ ਜਗ੍ਹਾ 'ਤੇ ਤੁਸੀਂ ਅੱਜ ਬੈਠੇ ਹੋ। 8 ਮਾਰਚ ਨੂੰ ਮੇਰੇ ਵੀਰੂ ਪ੍ਰਭੂ ਆਇਆ ਗੁਰੂ, ਹੁਣ ਫਿਲਮ ਆਉਣੀ ਹੈ ਇਮਤਿਆਜ਼ ਅਲੀ ਨੇ ਜਿਹੜੀ ਆਪਣੇ ਦਲਜੀਤ ਜੀ ਨੇ ਬਣਾਈ ਹੈ, ਅਤੇ ਨਾਲ ਬੀਬਾ ਜੀ ਚੋਪੜਾ ਜੀ ਆ, ਉਹਨਾਂ ਨੇ ਵੀ ਕੰਮ ਕੀਤਾ ਉਹੀ ਸੇਮ ਰੂਹ ਚਮਕੀਲਾ ਬਣਿਆ। ਮੈਂ ਤਾਂ ਅਜੇ ਥੋੜ੍ਹੇ ਜਿਹੇ ਸੀਨ ਹੀ ਦੇਖੇ ਆ, ਹੁਣ ਜਦ ਫਿਲਮ ਮੈਂ ਦੇਖੂੰਗਾ ਉਹਦੇ 'ਚ ਮੇਰਾ ਵੀ ਰੋਲ ਹੈਗਾ ਡੁਪਲੀਕੇਟ, ਮੇਰਾ ਡੁਪਲੀਕੇਟ ਉਹਨਾਂ ਨੇ ਸੀਨ ਲਿਆ। ਉਹ ਕਹਿੰਦੇ ਵੀ ਤੇਰੇ ਵਰਗਾ ਬੰਦਾ ਲਵਾਂਗੇ ਅਸੀਂ, ਉਹ ਹੁਣ ਮੈਂ ਫਿਲਮ 'ਚ ਦੇਖੂੰਗਾ ਵੀ ਕਿਹੜਾ ਬੰਦਾ ਕਿਹੜਾ ਕਿਹੋ ਜਿਹਾ ਬੰਦਾ। ਤੁਸੀਂ ਕਿੰਨੇ ਕੁ ਉਹਨਾਂ ਦੇ ਨਾਲ ਜਿਹੜੇ ਹੈਗੇ ਆ ਉਹ ਸ਼ੋਅ ਲਗਾ ਚੁੱਕੇ ਸੀਗੇ, ਕਿੰਨੇ ਕੁ ਅਖਾੜੇ ਲਗਾ ਚੁੱਕੇ ਸੀਗੇ ਤੁਸੀਂ? ਅਖਾੜੇ ਤਾਂ ਹੁਣ ਅਣਗਿਣਤੀ ਹੁੰਦੇ ਨੇ, ਹੁਣ ਜੇ ਰੋਜ਼ ਦੇ 2 ਲਾ ਲਓ, ਕਈ ਵਾਰੀ 1 ਹੁੰਦਾ। ਹੁਣ ਇਹ ਲੋਕ ਤਾਂ ਵਿਆਹ ਡੇਟ ਦੇਖ ਕੇ ਰੱਖਦੇ ਸੀ ਵੀ ਜੇ ਉਹਦੀ ਡੇਟ ਖਾਲੀ ਆ ਤਾਂ ਅਸੀਂ ਵਿਆਹ ਕਰਨਾ, ਉਹਦੇ ਤਕਰੀਬਨ 60-65 ਤਾਂ ਹੁੰਦੇ ਸੀ ਹੋ ਜਾਂਦੇ ਸੀ। ਤੁਸੀਂ ਕਹਿ ਰਹੇ ਹੋ ਕਿ ਮਤਲਬ ਸਾਰਾ ਕੁਛ ਜਿਵੇਂ ਅਸੀਂ ਦੇਖਿਆ ਤੁਸੀਂ ਸ਼ੁਰੂਆਤ ਤੋਂ ਉਹਨਾਂ ਦੇ ਨਾਲ ਰਹੇ, ਜਦੋਂ ਫੇਮਸ ਹੋਏ ਉਦੋਂ ਤੋਂ ਤੁਸੀਂ ਨਾਲ ਰਹੇ, ਜਦੋਂ ਅਮਰਜੋਤ ਹੋਰੀ ਨਾਲ ਆਏ ਉਦੋਂ ਤੋਂ ਤੁਸੀਂ ਨਾਲ ਸੀਗੇ ਜਾਂ ਫਿਰ ਉਸ ਤੋਂ ਵੀ ਪਹਿਲਾਂ? ਫੇਮਸ ਤਾਂ ਇਹ ਤਾਂ ਟਕੂਗਤ ਦੇ ਟਕੂਗਤ ਤੋਂ ਹੋਇਆ, ਕਿਉਂ ਆਹ ਜਗ੍ਹਾ 'ਤੇ ਖੜ੍ਹੇ ਹੋ, ਇੱਥੇ ਥੋੜ੍ਹੀਆਂ ਜਮਾਤਾਂ ਪੜ੍ਹੀਆਂ ਉਹਨੇ, ਉਹਦੇ ਸਾਥੀ ਵੀ ਪਿੰਡ ਦੇ ਇੱਥੇ ਦੱਸਦੇ ਹੁੰਦੇ ਆ, ਅਤੇ ਤਾਂ ਗੀਤ ਲਿਖਦਾ ਹੁੰਦਾ ਸੀ, ਲਿਖਦਾ ਕਾਪੀ ਲੈ ਕੇ ਹੌਲੀ ਹੌਲੀ ਦਫ਼ਤਰਾਂ 'ਚ ਛਿੰਦੇ ਕੋਲ ਪਹੁੰਚ ਗਿਆ ਸੀ, ਸੁਰਿੰਦਰ ਛਿੰਦਾ ਉਹਨਾਂ ਕੋਲ ਪਹੁੰਚ ਗਿਆ। ਉਹਦੇ ਕੋਲ ਫਿਰ ਦਫ਼ਤਰ 'ਚ ਕੰਮ ਕਰਨ ਲੱਗ ਗਿਆ, ਢੋਲਕੀ ਵਜਾਉਣ ਲੱਗ ਗਿਆ, ਫਿਰ ਹੌਲੀ ਹੌਲੀ ਨਾਲ ਜਾਣ ਲੱਗ ਗਿਆ। ਪਹਿਲਾਂ ਡਰਾਮਿਆਂ 'ਚ ਕੰਮ ਕਰਦਾ ਸੀ, ਫਿਰ ਛਿੰਦਾ ਜੀ ਨਾਲ ਲਿਜਾਣ ਲੱਗ ਗਏ। ਉਹ ਫਿਰ ਐਸਾ ਕਿਸਮਤ ਦਾ ਟੁੱਲ ਚੱਲਿਆ, ਅਤੇ ਨਾਲ ਸੀ ਸੋਨੀਆ ਜੀ, ਛਿੰਦਾ ਜੀ ਬਾਹਰ ਚਲੇ ਗਏ ਅਤੇ ਮਗਰ ਉਹਨਾਂ ਦਾ ਸੈੱਟ ਬਣ ਗਿਆ, ਅਤੇ ਆਉਂਦੇ ਨੂੰ ਕਹਿੰਦੇ ਬਾਹਰਾਂ ਹੋ ਗਈਆਂ ਜਾਂ ਕੈਨੇਡਾ ਤੋਂ ਆਇਆ ਛਿੰਦਾ। ਹੁਣ ਦੇਖਿਆ ਵੀ ਚਮਕੀਲਾ ਤਾਂ ਹੁਣ ਫਰਤੀਲਾ ਹੀ ਬਣਿਆ ਫਿਰਦਾ, ਇਹ ਤਾਂ ਕੁਝ ਹੋਰ ਹੀ ਬਣ ਗਿਆ। ਅਤੇ ਇਹ ਵਕਤ ਦਾ ਕੋਈ ਪਤਾ ਨਹੀਂ ਹੁੰਦਾ, ਵਕਤ ਕਿੱਥੇ ਲਿਆਉਂਦਾ, ਵਕਤ ਚਾੜ ਵੀ ਦਿੰਦਾ ਲੇਕਿਨ ਮਾਣ ਨਾ ਕਰੋ ਆਪਣੇ ਨੂੰ, ਇੱਕ ਉਹ ਮਾਣ ਨਹੀਂ ਸੀ ਕਰਦਾ ਹੁੰਦਾ। ਮਾਣ ਕਰੋਗੇ ਤੁਸੀਂ ਅੱਜ ਨਹੀਂ ਕੱਲ੍ਹ ਨਹੀਂ ਹੈਗੇ, ਇਹ ਉਹਨੂੰ ਰੱਬ ਨੂੰ ਮੰਨੋ, ਰੱਬ ਦੇ ਭਾਣੇ ਮੰਨੋ। ਹੁਣ ਇਹਨੂੰ ਦੁਨੀਆ ਜਿਹੜੀ ਮੰਨਦੀ ਹੈ ਉਹ ਚੰਗੇ ਥਾਵੇਂ ਗਿਆ, ਇੱਥੇ ਆਸਾਂ ਪੂਰੀਆਂ ਹੁੰਦੀਆਂ ਲੋਕਾਂ ਦੀਆਂ, ਮੁਰਾਦਾਂ ਪੂਰੀਆਂ ਹੁੰਦੀਆਂ ਨੇ, ਕੋਈ ਕਿਤੋਂ ਆਉਂਦਾ ਕੋਈ ਕਿਤੋਂ ਆਉਂਦਾ, ਕੰਧਾਂ ਨੂੰ ਕੁੱਟ ਕੁੱਟ ਕੇ ਜਾਂਦੇ ਆ ਲੋਕ ਵਿਚਾਰੇ। ਇੱਥੇ ਇੱਕ ਬੰਦਾ ਮਾਨਸਾ ਤੋਂ ਆਇਆ ਸੀਗਾ, ਮਲੋਟ ਸਰਸਾ ਮੁਕਤਸਰ ਤੋਂ, ਉਹ ਬੰਦਾ ਕੰਧਾਂ ਨੂੰ ਚਾਰੇ ਪਾਸੇ ਗੇੜੇ ਦੇ ਕੇ ਜਿਵੇਂ ਆਪਾਂ ਚੌਂਕੀ ਭਰਦੇ ਹੁੰਦੇ ਹਾਂ, ਅੱਧਾ ਘੰਟਾ ਅੰਦਰ ਬਹਿ ਕੇ ਮੱਥਾ ਟੇਕ ਕੇ ਉਹ ਫੇਰ ਗਿਆ। ਜਾਣੀ ਇੰਨੀ ਦੁਨੀਆ ਪਿਆਰ ਕਰਨ ਵਾਲੀ ਆ। ਹੋਰ ਜੀ ਅੱਜ ਗੱਲ ਮੇਨ ਮੈਂ
ਮੇਨ ਮੇਰੀ ਜਿਹੜੀ ਗੱਲ ਹੈਗੀ ਹੈ, ਮੈਂ ਜਾਣਨਾ ਚਾਹੁੰਦਾ ਵਾਂ ਕਿ ਸ਼ੁਰੂਆਤ ਤੋਂ ਕਿਵੇਂ ਅਮਰ ਸਿੰਘ ਚਮਕੀਲਾ ਹੋਰੀ, ਜਦੋਂ ਤੁਸੀਂ ਦੱਸ ਰਹੇ ਹੋ ਕਿ ਟਕੂਏ ਤੋਂ ਬਾਅਦ ਜਿਹੜਾ ਹੈਗਾ ਤੁਸੀਂ ਫੇਮਸ ਹੋਏ, ਫੇਮਸ ਹੋਣ ਤੋਂ ਬਾਅਦ ਉਹਨਾਂ ਦੇ ਕਿਵੇਂ ਮਤਲਬ ਕਿਵੇਂ ਸੁਭਾਅ ਕਿਵੇਂ ਦਾ ਹੋਇਆ, ਉਸ ਤੋਂ ਬਾਅਦ ਜਦੋਂ ਫੇਮਸ ਹੋ ਗਏ, ਜਦੋਂ ਸ਼ੋਅ ਲੱਗਣ ਲੱਗ ਪਏ ਬਹੁਤ ਜ਼ਿਆਦਾ, ਉਦੋਂ ਜਿੰਨਾ ਕੁਛ ਸਿੱਖਦੇ ਸੀਗੇ ਉਹ ਜਦੋਂ ਆਏ ਉਹਨਾਂ ਨੇ ਉਹਨੂੰ ਦੇਖਿਆ ਕਿ ਉਹਨਾਂ ਦੇ ਨਾਲ ਜੋ ਪਿਆਰ ਪਹਿਲਾਂ ਸੀਗਾ ਉਹੀ ਪਿਆਰ ਰਿਹਾ ਜਾਂ ਫਿਰ ਕਈ ਚੀਜ਼ਾਂ ਬਦਲੀਆਂ, ਇਹ ਸਾਰਾ ਕੁਛ ਮੈਨੂੰ ਸ਼ੁਰੂਆਤ ਤੋਂ ਜ਼ਰੂਰ ਦੱਸੋ। ਇਹ ਪਿਆਰ ਉੱਪਰੋਂ ਉੱਪਰ ਹੁੰਦਾ, ਉਹ ਕਹਿੰਦੇ ਅੰਦਰੋਂ ਪਿਆਰ ਨਹੀਂ ਹੁੰਦਾ। ਕਲਾਕਾਰਾਂ ਦਾ ਤਕਰੀਬਨ ਮੈਂ ਅੱਜ ਦੱਸ ਰਿਹਾ, ਇੱਕ ਕਿਸੇ ਦਾ ਗੀਤ ਸੀਗਾ, ਲੁਧਿਆਣੇ ਕਲਾਕਾਰਾਂ ਦੀ, ਲੁਧਿਆਣੇ ਦੇ ਅੱਡੇ ਮੂਹਰੇ ਕਲਾਕਾਰਾਂ ਦੀ ਮੰਡੀ, ਉੱਪਰੋਂ ਉੱਪਰੋਂ ਪੌਣ ਜੱਫੀਆਂ ਵਿੱਚੋਂ ਕਰਦੇ ਭੰਡੀ, ਰੰਗ ਬਿਰੰਗੇ ਬੋਰਡ ਕਲਾਕਾਰਾਂ ਨੇ ਲਾਏ, ਕੋਈ ਉੱਪਰੋਂ ਮਾਰੇ ਸਹਿਣ ਤਾਂ ਸਾਜਨ ਘਰ ਆਏ। ਉਹ ਉੱਥੇ ਕਲਾਰਕ ਸਮਝਦੇ ਹੁੰਦੇ ਸੀ, ਜੇ ਕੋਈ ਬੰਦਾ ਬੋਰਡ ਹੀ ਦੇਖਦਾ ਉਹ ਕਲਾਰਕ ਸਮਝ ਲੈਂਦੇ ਕੋਈ ਪਾਰਟੀ ਆ ਗਈ ਆ। ਉਹ ਦੀਪ ਸਾਹਿਬ ਨੇ ਗੀਤ ਰਿਕਾਰਡ ਹੋਏ ਹੋਏ ਨੇ ਸਾਰੇ, ਬਈ ਇਹ ਤਾਂ ਪਿਆਰ, ਪਿਆਰ ਤਾਂ ਅੱਜ ਕੱਲ੍ਹ ਭੈਣ ਭਾਈ ਦਾ ਨਹੀਂ ਹੈਗਾ, ਸਕੇ ਭਰਾਵਾਂ ਦਾ ਨਹੀਂ, ਮਾਂ ਪਿਓ ਦਾ ਨਹੀਂ ਹੈਗਾ, ਕਲਾਕਾਰਾਂ 'ਚ ਕਿੱਥੇ ਰਹੂਗਾ। ਇਹ ਮੈਨੂੰ ਜ਼ਰੂਰ ਦੱਸੋ, ਜਿਵੇਂ ਕਹਿੰਦੇ ਨੇ ਕਿ ਇੱਕ ਬੜਾ ਰਹੱਸ ਬਣ ਗਿਆ, ਮਤਲਬ ਇੱਕ ਬੜੀ ਸੋਚਣ ਵਾਲੀ ਗੱਲ ਹੋ ਗਈ ਕਿ ਅਮਰ ਸਿੰਘ ਚਮਕੀਲਾ ਹੋਰਾਂ ਨੂੰ ਮਾਰਿਆ ਕਿਉਂ ਗਿਆ, ਤੁਸੀਂ ਕੀ ਕਾਰਨ ਸਮਝਦੇ ਹੋ ਕਿ ਕਾਰਨ ਕੀ ਹੋਵੇਗਾ? ਲੋਕ ਕਹਿੰਦੇ ਨੇ, ਕਈ ਕਹਿੰਦੇ ਨੇ ਕਿ ਬਈ ਗਲਤ ਗੀਤ ਲਿਖਣ ਲੱਗ ਪਿਆ ਸੀਗਾ, ਸਮਾਜ ਦੇ ਉਹ ਪਹਿਲੂ ਨੂੰ ਦੱਸਣ ਲੱਗ ਪਿਆ ਸੀ ਜੋ ਪਹਿਲੂ ਲੋਕ ਸੁਣਨਾ ਪਸੰਦ ਤਾਂ ਕਰਦੇ ਨੇ ਪਰ ਉਸਨੂੰ ਨਿੰਦਾ ਵੀ ਕਰਦੇ ਨੇ ਉਸਨੂੰ। ਕਈ ਲੋਕ ਹੈਗੇ ਨੇ ਜੋ ਸੁਣਨਾ ਪਸੰਦ ਕਰਦੇ ਸੀਗੇ ਕਿਉਂਕਿ ਉਹ ਮੇਨ ਚੀਜ਼ਾਂ ਜੋ ਲੋਕਾਂ ਦੇ ਵਿੱਚ ਵਿਚਰਦੀਆਂ ਨੇ ਉਸਨੂੰ ਬਾਹਰ ਨਿਕਲ ਕੱਢਦਾ ਸੀਗਾ, ਪਰ ਕੁਝ ਲੋਕ ਅਜਿਹੇ ਸੀਗੇ ਜੋ ਨਹੀਂ ਸੁਣਨਾ ਪਸੰਦ ਕਰਦੇ ਸੀਗੇ, ਜਿਨ੍ਹਾਂ ਨੂੰ ਇਹ ਗਲਤ ਲੱਗਦਾ ਸੀਗਾ। ਉਹ ਕੀ ਕਾਰਨ ਕੀ ਹੈ, ਕਿਸ ਕਾਰਨ ਕਰਕੇ ਉਹ ਉਹਨਾਂ ਨੂੰ ਜਿਹੜਾ ਹੈਗਾ ਉਹ ਮਾਰਿਆ ਗਿਆ? ਦੇਖੋ ਜੀ, ਮਾਰਨਾ ਜੰਮਣਾ, ਇੱਕ ਮਾਰਨਾ ਇੱਕ ਜੰਮਣਾ, ਇਹ ਹੈਗੀਆਂ ਰੱਬ ਦੇ ਹੱਥ, ਇਹ ਪਰਮਾਤਮਾ ਨਾਲ ਜਦ ਆਰਡਰ ਹੋਣਾ ਉੱਪਰੋਂ। ਹੁਣ ਇਹ ਨਹੀਂ ਪਤਾ ਤੁਰੇ ਜਾਂਦੇ ਨੇ ਉੱਥੇ ਗੱਡੀ ਥੱਲੇ ਆ ਜਾਣਾ, ਤੁਰੇ ਬੰਦੇ ਹਾਰਟ ਅਟੈਕ ਹੋ ਜਾਣਾ, ਇੱਥੇ ਸੀਵੀਆ ਸੀ ਸਾਡਾ ਸੀਵੀਆ ਮਰ ਜਾਣਾ, ਨਾ ਕੁਝ ਨੇ ਸੱਤ ਬਾਬਾ ਖੋਲਿਆ, ਉਹ ਸੈਰ ਕਰਦਾ ਕਰਦਾ ਹੀ ਉਹਨੂੰ ਅਟੈਕ ਹੋ ਗਿਆ। ਇਹ ਕੋਈ ਇਹ ਹੁਣ ਜੇ ਅਗਲਾ ਕਹੂਗਾ ਤਾਂ ਸੀਵੀਏ ਨੂੰ ਕਿਹਨੇ ਮਾਰਤਾ ਜੀ, ਉਹਨੂੰ ਕਿਹਾ ਗੋਲੀ ਨਾਲ ਥੋੜ੍ਹਾ ਮਾਰਿਆ, ਉਹ ਉਹ ਉੱਪਰੋਂ ਆਰਡਰ ਹੁੰਦਾ, ਪਰਮਾਤਮਾ ਦਾ ਹੁਕਮ ਹੋਇਆ, ਇੱਦਾਂ ਹੀ ਇਹਦਾ ਹੁਕਮ ਹੋ ਗਿਆ। ਇਹ ਜੰਮਣਾ ਲਿਖਣਾ, ਜਦ ਬੰਦਾ ਜੰਮਦਾ ਉਦੋਂ ਮਰਨ ਦਾ ਨਾਲ ਹੀ ਲਿਖਿਆ ਆਉਂਦਾ ਰੱਬ ਨੇ, ਇਹ ਜਿੰਨੀ ਲਿਖੀ ਸੀ ਉਹਦੀ ਉਹ ਭੁਗਤ ਗਿਆ। ਇਹਦੇ ਵਿੱਚ ਜੰਮਣ ਮਰਦੇ ਬੰਦੇ ਵੀ, ਰੱਬ ਬੰਦੇ ਵੀ ਉਹੀ ਪੈਦਾ ਕਰ ਦਿੰਦਾ ਨਾਲ ਹੀ ਵੀ ਤੁਸੀਂ ਮਾਰਨਾ। ਹੁਣ ਕਈ ਬੰਦੇ ਆ ਪਿਓ ਦੇ ਹੱਥੋਂ ਮਰ ਜਾਂਦੇ ਆ। ਹਾਂਜੀ, ਮਿਹਨਤ ਕਰਨ, ਦੇਖੋ ਤਾਂ ਮੈਂ ਇਹੀ ਦੱਸਦਾ ਤੁਹਾਨੂੰ। ਹੁਣ ਮੈਂ ਤੁਹਾਨੂੰ, ਤੁਸੀਂ ਪੁੱਛੋਗੇ ਬੰਦੇ ਕਿਹੜੇ ਸੀ, ਹੁਣ ਬੰਦੇ ਤਾਂ ਮੈਂ ਵੀ ਨਹੀਂ ਦੇਖੇ, ਹੁਣ ਬੰਦੇ ਜੇ ਹੋਣਗੇ ਉਹ ਲੋਕ ਤਾਂ ਕਹਿੰਦੇ ਮਾਰਤੇ ਅਸੀਂ ਪੁਲਿਸ ਨੇ। ਹੁਣ ਕਈ ਵਾਰੀ 20-20 ਸਾਲਾਂ, 30-30, 40-40, 50-50 ਸਾਲਾਂ ਬਾਅਦ ਪਤਾ ਲੱਗ ਜਾਂਦਾ। ਹੁਣ ਕੀ ਪਤਾ, ਹੁਣ 50 ਸਾਲਾਂ ਬਾਅਦ ਪਤਾ ਲੱਗ ਜਾਵੇ ਕਿਹੜਾ ਬੰਦਾ ਕਿਹੜਾ ਹੈਗਾ ਜਾਂ ਨਹੀਂ, ਮਾਰਤੇ ਜਾਂ ਹੈਗੇ ਆ, ਇਹਦੇ ਵਿੱਚ ਅਜੇ ਸਾਨੂੰ ਕੋਈ ਪਤਾ ਨਹੀਂ ਹੈਗਾ। ਨਹੀਂ, ਮੈਂ ਉਹੀ ਕਹਿਣਾ ਪਿਆ ਵਾਂ ਕਿ ਤੁਸੀਂ ਕਹਿ ਰਹੇ ਹੋ ਕਿ ਚਲੋ ਉਹ ਵੱਖ ਗੱਲ ਹੋ ਗਈ ਹੈ ਕਿ ਉਸਨੂੰ ਮਾਰਤਾ ਜਾਂ ਫਿਰ ਜਿਵੇਂ ਵੀ ਜਿਨ੍ਹਾਂ ਨੇ ਵੀ ਮਾਰਿਆ, ਗੱਲ ਇੱਥੇ ਹੈ ਕਿ ਮਾਰਿਆ ਕਿਉਂ ਗਿਆ, ਕਿ ਗਲਤ ਲਿਖਾਈ ਕਰਕੇ, ਗਲਤ ਗਾਣਿਆਂ ਕਰਕੇ ਜਾਂ ਫਿਰ ਕੋਈ ਹੋਰ ਕਾਰਨ, ਇਸ ਤੋਂ ਇਲਾਵਾ ਕੋਈ ਹੋਰ ਕਾਰਨ ਰਿਹਾ? ਦੇਖੋ ਜੀ, ਜਾਂ ਫਿਰ ਕੋਈ ਲਾਗ ਲਾਟ ਰਹਿੰਦੀ ਹੋਵੇਗੀ, ਕਿਉਂਕਿ ਤੁਸੀਂ ਉਹਨਾਂ ਦੇ ਹਮੇਸ਼ਾ ਨਾਲ ਰਹਿੰਦੇ ਸੀਗੇ, ਇੰਨਾ ਫੇਮਸ ਸਿੰਗਰ,
ਇੰਨਾ ਮਸ਼ਹੂਰ ਗਾਇਕ ਜਿਸ ਦੇ ਦਿਨ ਦੇ ਵਿੱਚ ਤਿੰਨ ਤਿੰਨ ਅਖਾੜੇ ਲੱਗਦੇ ਨੇ, ਲੋਕ ਪੁੱਛ ਕੇ ਡੇਟ ਦੇਖ ਕੇ ਵਿਆਹ ਜਦੋਂ ਧਰਨ ਲੱਗ ਪੈਣ, ਇੰਨਾ ਫੇਮਸ ਸਿੰਗਰ ਅਤੇ ਉਸਦੇ ਨਾਲ ਲਾਗ ਲਾਟਾਂ ਵੀ ਬਹੁਤ ਹੋਣੀਆਂ ਹੋਣਗੀਆਂ ਸਿੰਗਰ ਦੀਆਂ, ਕਿ ਕਿਸੇ ਸਿੰਗਰ ਵੱਲੋਂ ਇਹ ਕੁਝ ਕਰਵਾਇਆ ਗਿਆ, ਕਿਸੇ ਦੀ ਲੜਾਈ ਹੁੰਦੀ ਰਹੀ ਹੋਵੇ ਚਮਕੀਲੇ ਦੇ ਨਾਲ, ਜਾਂ ਫਿਰ ਕੋਈ ਗੀਤ ਕਰਕੇ ਜਿਸ ਕਾਰਨ ਵਿਵਾਦ ਹੋਇਆ ਹੋਵੇ, ਜਿਸ ਕਾਰਨ ਇਹ ਸਭ ਕੁਝ ਹੋਇਆ? ਦੇਖੋ ਜੀ, ਲਾਗ ਡਾਟ ਦੀ ਗੱਲ ਕਰਦੇ ਹੋ, ਲਾਗ ਡਾਟ ਤਾਂ ਹੁੰਦੀ ਆ ਕਈ, ਹੁਣ ਜਿਹਦੀ ਚੜ੍ਹਾਈ ਹੋ ਗਈ ਉਹਦੀ ਸਮਝੋ ਉਹਦਾ ਦੁਸ਼ਮਣ ਖੜ੍ਹਾ ਹੋ ਗਿਆ। ਅੱਜ ਤੁਸੀਂ ਹੁਣ ਵੋਟਾਂ 'ਚ ਦੇਖ ਲਿਓ, ਇੱਕ ਚੜ੍ਹ ਗਿਆ ਉਹ ਦੂਜੇ ਉਹਦੇ ਮਗਰ ਪੈ ਗਏ। ਫਿਰ ਇਹੀ ਕਲਾਕਾਰਾਂ ਦੇ ਵਿੱਚ ਹੀ ਆ, ਜਿਹਦੀ ਚੜ੍ਹਾਈ ਹੋ ਗਈ ਉਹਦੇ ਦੁਸ਼ਮਣ ਵੀ ਪੈਦਾ ਹੋ ਜਾਂਦੇ ਆ ਅਤੇ ਉਹ ਥੱਲੇ ਲਾ ਦਿੰਦਾ ਸਾਰਿਆਂ ਨੂੰ। ਅਤੇ ਇਸ ਕਰਕੇ ਉਹਨੇ ਇਹ ਕੰਮਾਂ ਦੇ ਵਿੱਚ ਇਹ ਕੰਮ ਕੀਤਾ। ਬਾਕੀ ਹੋਰ ਕਿਹੜਾ ਪੁੱਛਿਆ ਸੀ? ਹੁਣ ਬਿਰਦੀ ਸਾਹਿਬ ਆ ਗਿਆ, ਮੈਂ ਉਹਦਾ ਧਿਆਨ ਚਲਾ ਗਿਆ ਸੀ। ਇੱਕ ਮੈਂ ਪੁੱਛਿਆ ਸੀਗਾ, ਤੁਸੀਂ ਕਹਿ ਰਹੇ ਹੋ ਕਿ ਜਿਵੇਂ ਮਤਲਬ ਇੱਕ ਲਾਗ ਲਾਟ ਹੋ ਗਿਆ, ਇੱਕ ਗੀਤ ਜਿਹੜੇ ਕਈ ਕਹਿੰਦੇ ਨੇ ਕਿ ਗੀਤ ਬੜੇ ਸੀਗੇ, ਕੁਛ ਅਸ਼ਲੀਲ ਗੀਤ ਸੀਗੇ ਬਾਰੇ ਮੈਂ ਦੱਸ ਦਿੰਦਾ। ਅਸ਼ਲੀਲ ਗੀਤ ਹਾਂ ਠੀਕ ਆ, ਦੋ ਤਿੰਨ ਤਾਂ ਹੋਣਗੇ, ਤਿੰਨ ਚਾਰ ਮੈਂ ਮੰਨਦਾ ਵਿੱਚ ਕੋਈ ਗੱਲ, ਕਈ ਵਾਰੀ ਲਿਖੇ ਜਾਂਦੇ ਆ ਉਹ, ਹੁਣ ਉਹਨੂੰ ਪਤਾ ਹੋਣਾ ਵੀ ਮੈਂ ਕਿਉਂ ਲਿਖੇ ਆ ਕਿਵੇਂ ਲਿਖੇ ਆ। ਬਾਕੀ ਜਿਹੜੇ ਗੀਤ ਸੀ ਉਹ ਗੀਤਾਂ ਦਾ ਮੀਨਿੰਗ ਸੀ, ਉਹ ਮਤਲਬ ਸੀਗਾ ਕੋਈ। ਫਿਰ ਉਹਨੇ ਐਸੇ ਜਿਵੇਂ ਆਪਾਂ ਖਰਾਬ ਦੇ ਉੱਪਰ ਇੱਕ ਸਰੀਏ ਨੂੰ ਕੱਟ ਲਾਉਂਦੇ ਹਾਂ, ਉਹਦੇ ਬਾਅਦ 'ਚ ਇੱਕ ਪਾਲਿਸ਼ ਕੱਟ ਹੁੰਦਾ, ਲੋਹੇ ਨੂੰ ਚਮਕਾਇਆ ਜਾਂਦਾ। ਉਹਨੇ ਫਿਰ ਸਾਤੋਂ ਬਾਬਾ ਖੋਲਿਆ ਤੇਰਾ ਨਨਕਾਣਾ ਤਲਵਾਰ ਮੈਂ ਕਲਗੀ ਧਰਦੀ ਹਾਂ, ਐਸੇ ਧਾਰਮਿਕ ਗੀਤ ਗਾਏ, ਉਹ ਵੀ ਗੁਰਦੁਆਰਿਆਂ ਦੇ ਕੰਧਾਂ ਦੇ ਕੋਠਿਆਂ 'ਤੇ ਚੱਲਦੇ ਸੀਗੇ। ਜਾਣੀ ਉਹ ਲਕੋਹ ਹੋ ਜਾਂਦਾ ਉਹ ਗੱਲ ਦਾ ਵਿੱਚ ਵੀ ਧਾਰਮਿਕ ਵੀ ਐਸੇ ਗਾਏ ਆ, ਕੋਈ ਕਲਾਕਾਰ ਗਾ ਹੀ ਨਹੀਂ ਸਕਦਾ। ਆਹ ਹੁਣ ਹਿੰਦੀ 'ਚ ਗਾਣੇ ਆ, ਪੰਜਾਬੀ ਫਿਲਮ ਆ ਰਹੀ ਆ, ਪੰਜਾਬੀ 'ਚ ਗਾਣੇ ਆ, ਕੋਈ ਗਾ ਹੀ ਨਹੀਂ ਸਕਦਾ। ਉਹ ਤਾਂ ਪੰਜਾਬੀ 'ਚ ਗਾਣੇ ਔਖੇ ਆ, ਹਿੰਦੀ 'ਚ ਤਾਂ ਕਿੱਥੇ ਗਾਏ ਜਾਣਗੇ। ਕਹਿੰਦੇ ਸੀਗੇ ਕਿ ਲੋਕ ਕਿ ਪੰਜਾਬੀ ਦੇ ਵਿੱਚ ਇੰਨੀ ਪਕੜ ਕਿ ਹਰੇਕ ਸ਼ਬਦ ਨੂੰ ਢੁਕਵੇਂ ਤਰੀਕੇ ਨਾਲ ਬੋਲਦੇ ਸੀਗੇ। ਉਹ ਢੁਕਵੇਂ ਉਹ ਤਾਂ ਮੀਨਿੰਗ ਤਾਂ ਸਾਨੂੰ ਵੀ ਨਹੀਂ ਪਤਾ ਭਰਾਵਾ, ਨਾਲੇ ਅਸੀਂ ਇੰਨੀਆਂ ਜਮਾਤਾਂ ਪੜ੍ਹੇ ਹੋਏ ਹਾਂ, ਉਹ ਥੋੜ੍ਹੀਆਂ ਜਮਾਤਾਂ ਪੜ੍ਹਿਆ ਸੀ, ਉਹ ਪਤਾ ਨਹੀਂ ਕਿੱਥੋਂ ਥੱਲਿਓਂ ਧਰਤੀ 'ਚੋਂ ਪੱਟ ਕੇ ਕਿਵੇਂ ਉਹ ਡੰਘਾਈ ਉਹ ਲਿਖਦਾ ਸੀਗਾ। ਲੰਗਰ ਟੰਗੀ ਫਿਰਦੇ ਨੇ ਜੀ, ਫਲਾਨਾ ਤਿਮਕਾ, ਪਤਾ ਨਹੀਂ ਇੰਨੀਆਂ ਡੰਘਾਈਆਂ। ਹੁਣ ਇੱਥੇ ਜਿਹਨੇ BA ਪੜ੍ਹੇ ਆ ਉਹਨਾਂ ਨੂੰ ਨਹੀਂ ਪਤਾ। ਤੁਸੀਂ ਕਹਿੰਦੇ ਹੋ ਕਿ ਮੈਂ ਮੈਨੇਜ ਕਰਦਾ ਰਿਹਾ ਉਹਨਾਂ ਨੂੰ, ਉਹਨਾਂ ਦੇ ਨਾਲ ਜਾਂਦਾ ਰਿਹਾ, ਸਾਰੇ ਸ਼ੋਅ ਦੇਖਦਾ ਸੀਗਾ ਕਿ ਐਕਚੁਅਲ ਵਿੱਚ ਕਿਵੇਂ ਉਸਨੂੰ ਮੈਨੇਜ ਕੀਤਾ ਜਾਵੇਗਾ। ਅੱਛਾ, ਜਦੋਂ ਅਖਾੜੇ ਲੱਗਦੇ ਸੀਗੇ, ਮੈਂ ਗੱਲ ਚਲੋ ਪੁੱਛਦਾ, ਅਖਾੜੇ ਲੱਗਦੇ ਸੀਗੇ ਕਿੰਨੇ ਪੈਸੇ ਉਸ ਟਾਈਮ ਕਿੰਨੇ ਪੈਸਾ ਇੱਕ ਅਖਾੜਾ ਦਾ ਹੁੰਦਾ ਸੀਗਾ ਚਮਕੀਲੇ ਹੋਰਾਂ ਦਾ? ਇਹ ਪਹਿਲਾਂ ਤਾਂ ਅਖਾੜੇ ਮੈਂ ਤੁਹਾਨੂੰ ਦੱਸਦਾ, ਅੱਜ ਤੋਂ 30-35 ਸਾਲ 10 ਰੁਪਈਏ ਢੋਲਕਾਲੀ ਦੀ ਕੀਮਤ ਪੇਮੈਂਟ ਹੁੰਦੀ ਸੀ, 100-150 ਰੁਪਈਆ ਹੁੰਦੀ ਸੀ ਕਲਾਕਾਰ ਦੀ, ਉਹਦੇ 'ਚ ਗੱਡੀ ਵੀ ਲੈ ਕੇ ਜਾਂਦੇ ਸੀ। ਉਹ ਸਮੇਂ ਸੀਗੇ ਹਰਚਰਨ ਗਰੇਵਾਲ ਆਪਣੇ ਸੀਮਾ ਜੀ ਵੇਲੇ, ਅਤੇ ਉਦੋਂ ਬਾਅਦ ਹੌਲੀ ਹੌਲੀ ਵਾਧਾ ਵਾਧਾ 100-150-300। ਹੁਣ ਚਮਕੀਲੇ ਦੀ 8,000 ਪੇਮੈਂਟ ਸੀ, ਪਹਿਲਾਂ ਹੌਲੀ ਹੌਲੀ ਇਹਦੇ 300-400 'ਤੇ ਗਾਉਂਦਾ ਰਿਹਾ, ਫਿਰ ਵਾਧਾ ਗਿਆ ਟੋਟਲ ਮਤਲਬ 8,000 ਐਂਡ ਆਫ ਐਂਡ 8। ਉਹ ਐਗਰੀਮੈਂਟ ਮੇਰੇ ਕੋਲ ਸੀ, ਮੈਂ ਪੜ੍ਹੀ ਆ, ਲਈ ਗਿੱਲ ਨੇ ਸੀ, 8,000 ਪੇਮੈਂਟ ਸੀ ਉਸ ਵੇਲੇ ਦਾ, 8,000 ਬਹੁਤ ਸੀ, 150-150 ਰੁਪਈਆ ਪੇਮੈਂਟ ਸੀ, ਇਹ ਹਿਸਾਬ ਲਾ ਲਓ 8 ਜਣਿਆਂ ਦੀ 800 ਰੁਪਈਆ ਕੱਢਣਾ ਉਹਨੇ ਵਿੱਚੋਂ, ਅਤੇ ਬਾਕੀ ਗੱਡੀ ਦਾ ਖਰਚਾ। ਇਹ ਕਲਾਕਾਰਾਂ ਦੇ ਖਰਚੇ ਵੀ ਬਹੁਤ ਹੁੰਦੇ ਆ ਨਾ, ਦੇਖਣ ਨੂੰ ਲੱਗਦਾ ਦੂਜੀ ਥਾਲੀ 'ਚ ਲੱਡੂ ਵੱਡਾ ਹੀ ਲੱਗਦਾ ਹੁੰਦਾ। ਸ਼ੁਕਰੀਆ ਜੀ, ਤੁਸੀਂ ਸਮਾਂ ਦਿੱਤਾ ਤਾਂ ਸ਼ੁਕਰੀਆ, ਥੈਂਕ ਯੂ, ਮਿਹਰਬਾਨੀ, ਸ਼ੁਕਰੀਆ। ਤਾਂ ਬਿਲਕੁਲ ਉਹ ਇਨਸਾਨ ਜੋ ਕਹਿੰਦੇ ਪਏ ਨੇ ਕਿ ਮੈਂ ਉਹਨਾਂ ਦੇ ਨਾਲ ਰਿਹਾ ਸਾਰਾ ਕੁਝ, ਕਿਉਂਕਿ ਮੈਨੇਜ ਕਰਦੇ ਰਹੇ, ਉਹਨਾਂ ਦੇ ਨਾਲ ਗੱਲਬਾਤ ਕਰਵਾਉਣ ਦੀ ਕੋਸ਼ਿਸ਼ ਕੀਤੀ, ਜਾਣਨ ਦੀ ਕੋਸ਼ਿਸ਼ ਕੀਤੀ, ਪਹਿਲੂ ਇੱਕ
ਹੋਰ ਵੀ ਗੱਲਬਾਤ ਅਸੀਂ ਇੱਥੇ ਜੋ ਲੋਕ ਮੌਜੂਦ ਨੇ ਉਹਨਾਂ ਦੇ ਨਾਲ ਕਰਦੇ ਹਾਂ ਅਤੇ ਤੁਹਾਨੂੰ ਵੱਧ ਤੋਂ ਵੱਧ ਜਾਣਕਾਰੀ ਜਿਹੜੀ ਹੈ ਉਹ ਅਮਰ ਸਿੰਘ ਚਮਕੀਲਾ ਹੋਰਾਂ ਦੀ ਦੇਵਾਂਗੇ। ਕੈਮਰਾ ਪਰਸਨ ਪੰਕਜ ਦੇ ਨਾਲ ਰਾਜ ਗੁਪਤਾ, ਬਾਬੂ ਸ਼ਾਹੀ ਟਾਈਮ, ਲੁਧਿਆਣਾ, ਦੁੱਗੜੀ।